ورحمه الله وبركاته. الحمد لله الحمد لله وكفى والصلاة والسلام على من لا نبي بعد. أرسله الله بالحق بشيرا ونذيرا وداعيا إلى الله بإذنه بإذنه وسراجا منيرا. إن الله وملائكته يصلون على النبي يا أيها الذين آمنوا صلوا عليه وسلموا تسليما. اللهم صل على محمد وعلى آل محمد كما صليت على إبراهيم وعلى آل إبراهيم إنك حميد مجيد. اللهم بارك على محمد وعلى آل محمد كما باركت على إبراهيم وعلى آل إبراهيم إنك حميد مجيد. سبحانك لا علم لنا إلا ما علمتنا إنك أنت العليم الحكيم. أما بعد فأعوذ بالله من الشيطان الرجيم. بسم الله الرحمن الرحيم. الذين آمنوا وتطمئن قلوبهم بذكر الله ألا بذكر الله تطمئن القلوب. أو كما قال صلى الله عليه وسلم أهل القرآن هم أهل الله. ساڈے وچ کیڑا کوئی کمال رکھیا رب دیاں رحمتاں سنبھال رکھیا. ساڈے وچ کیڑا کوئی کمال رکھیا رب دیاں رحمتاں سنبھال رکھیا رب دیاں رحمتاں سنبھال رکھیا. سارے عہدے داری اُتے
ਇਵੇਂ ਰੱਖੀਏ ਸਾਰੇ ਉਹਦੇ ਦਾਰੀ ਉੱਤੇ ਇਵੇਂ ਰੱਖੀਏ ਜਿਵੇਂ ਸੋਹਣੇ ਆਗਾ ਦੇ ਬੇਲਾਲ ਰੱਖਿਆ ਰੱਬ ਦੀਆਂ ਰਹਿਮਤਾਂ ਸੰਭਾਲ ਰੱਖਿਆ ਸਾਡੇ ਵਿੱਚ ਕਿਹੜਾ ਕੋਈ ਕਮਾਲ ਰੱਖਿਆ ਰੱਬ ਦੀਆਂ ਰਹਿਮਤਾਂ ਸੰਭਾਲ ਰੱਖਿਆ ਔਰ ਰੋਂਦੇ ਰਹੇ ਉਮਤ ਨੂੰ ਬਖਸ਼ਵਾਨ ਲਈ ਰੋਂਦੇ ਰਹੇ ਉਮਤ ਨੂੰ ਬਖਸ਼ਵਾਨ ਲਈ ਕਿੰਨਾ ਸਾਡਾ ਸੋਹਣੇ ਨੇ ਖਿਆਲ ਰੱਖਿਆ ਰੱਬ ਦੀਆਂ ਰਹਿਮਤਾਂ ਸੰਭਾਲ ਰੱਖਿਆ ਕਿੰਨਾ ਸਾਡਾ ਸੋਹਣੇ ਨੇ ਖਿਆਲ ਰੱਖਿਆ ਰੱਬ ਦੀਆਂ ਰਹਿਮਤਾਂ ਸੰਭਾਲ ਰੱਖਿਆ ਰੱਬ ਦੀਆਂ ਰਹਿਮਤਾਂ ਸੰਭਾਲ ਰੱਖਿਆ ਹਰ ਕਿਸਮ ਦੀ ਹਮਦੋ ਸਨਾ ਅੱਲਾ ਵਾਹਦਹੂ ਲਾ ਸ਼ਰੀਕ ਦੀ ਜ਼ਾਤ ਪਾਕ ਵਾਸਤੇ ਦਰੂਦ ਓ ਸਲਾਮ ਨਬੀ ਰਹਿਮਤ ਰਹਿਮਤੇ ਦੁ ਆਲਮ ਆਕੇ ਕਾਇਨਾਤ ਹਬੀਬ ਕਿਬਰੀਆ ਜਨਾਬੇ ਮੁਹੰਮਦੁਰ ਰਸੂਲੁਲਾਹ ਸੱਲੱਲਾਹੁ ਅਲੈਹੀ ਵਅਲਿਹੀ ਵਸੱਲਮ ਦੀ ਜ਼ਾਤ ਗ੍ਰਾਮੀ ਚ ਜ਼ਿਵਕਾਰ ਮੁਅੱਜ਼ਜ਼ ਸਾਮਈਨ ਸਾਮਿਆਤ ਮਾਸ਼ਾਅੱਲਾ ਮੇਰੇ ਤੋਂ ਕਬਲ ਖਤੀਬ ਪਾਕਿਸਤਾਨ ਲਲਕਾਰੇ ਸ਼ਹੀਨ ਹਜ਼ਰਤ ਮੌਲਾਨਾ ਕਾਰੀ ਮੁਹੰਮਦ ਇਸਮਾਈਲ ਅਤੀਕ ਸਾਹਿਬ ਉਬਲਗੇ ਇਸਲਾਮ ਮੌਲਾਨਾ ਮੁਹੰਮਦ ਜਮੀਲ ਅਜਮਲ ਸਾਹਿਬ ਔਰ ਦੀਗਰ ਮੁਅੱਜ਼ਜ਼ੀਨ ਉਲਮਾਏ ਕਰਾਮ ਤੁਸਾਂ ਅਹਬਾਬ ਨਾਲ ਹਮ ਕਲਾਮ ਹੋ ਚੁੱਕੇ ਨੇ ਅੱਲਾ ਤਾਲਾ ਉਲਮਾਏ ਕਰਾਮ ਦਾ ਬਿਆਨ ਕਰਨਾ ਔਰ ਤੁਸਾਂ ਅਹਬਾਬ ਦਾ ਸਮਾਤ ਕਰਨਾ ਆਪਣੀ ਬਾਰਗਾਹ ਦੇ ਅੰਦਰ ਕਬੂਲੋ ਮਨਜ਼ੂਰ ਫਰਮਾਏ ਜਿਨ੍ਹਾਂ ਭਾਈਆਂ ਅੱਜ ਦੇ ਪ੍ਰੋਗਰਾਮ ਦਾ ਇਹਤਮਾਮ ਕੀਤਾ ਮੁਹਤਰਮ ਕਾਰੀ ਅਤੀਕ ਰਹਿਮਾਨ ਆਸਿਮ ਸਾਹਿਬ ਭਾਈ ਮੁਹੰਮਦ ਬਿਲਾਲ ਅਰਸ਼ਦ ਸਾਹਿਬ ਅੱਲਾ ਤਾਲਾ ਇਹਨਾਂ ਦੀਆਂ ਮਿਹਨਤਾਂ ਕੋਸ਼ਿਸ਼ਾਂ ਕਾਵਿਸ਼ਾਂ ਆਪਣੀ ਬਾਰਗਾਹ ਦੇ ਅੰਦਰ ਕਬੂਲੋ ਮਨਜ਼ੂਰ ਫਰਮਾਏ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦਾ ਫਰਮਾਨੇ ਆਲੀ ਸ਼ਾਨ ਹੈ ਆਪਨੇ ਫਰਮਾਇਆ ਇਜ਼ਾ ਮਾਤਲ ਇਨਸਾਨ ਇਨਕਤਾ ਅਨਹੁ ਅਮਲੁਹੁ ਇਲਾ ਮਿਨ ਸਲਾਸ ਜਦੋਂ ਇਨਸਾਨ ਇਸ ਦੁਨੀਆਂ ਤੋਂ ਚਲਾ ਜਾਂਦੇ ਉਹਦੇ ਅਮਾਲ ਦਾ ਸਿਲਸਿਲਾ ਮੁਨਕਤੇ ਹੋ ਜਾਂਦਾ ਸਵਾਏ ਤਿੰਨ ਚੀਜ਼ਾਂ ਤੋਂ ਸਾਦਾ ਕਤਨ ਜਾਰੀਆ ਬੰਦਾ ਆਪਣੀ ਜ਼ਿੰਦਗੀ ਦੇ ਅੰਦਰ ਕੋਈ ਐਸਾ ਨੇਕ ਅਮਲ ਕਰ ਜਾਂਦੇ ਸਦਕਾ ਜਾਰੀਆ ਜਿਹੜਾ ਬਣ ਜਾਂਦਾ ਮਸਜਿਦ ਬਣਾ ਗਿਆ ਮਦਰਸਾ ਬਣਾ ਗਿਆ ਰਫਾਏ ਆਮਾ ਦਾ ਕੋਈ ਕੰਮ ਕਰ ਗਿਆ ਇਹਦਾ ਅਜਰ ਇਹਨੂੰ ਕਬਰ ਦੇ ਅੰਦਰ ਵੀ ਮਿਲਦਾ ਰਹਿੰਦਾ ਔਰ ਦੂਸਰੇ ਨੰਬਰ ਤੇ ਆਪਨੇ ਫਰਮਾਇਆ ਐਸਾ ਇਲਮ ਜਿਹੜਾ ਨਫਾਮੰਦ ਹੋਏ ਜਿਸ ਤਰ੍ਹਾਂ ਅਸੀਂ ਆਪਣੇ ਅਸਾਤਜ਼ਾ ਕੋਲੋਂ ਪੜ੍ਹਿਆ ਸਾਡੇ ਅਸਾਤਜ਼ਾ ਆਪਣੇ ਅਸਾਤਜ਼ਾ ਕੋਲੋਂ ਪੜ੍ਹਿਆ ਇਸ ਤਰ੍ਹਾਂ ਨਫਾਮੰਦ ਇਲਮ ਬੰਦੇ ਵਾਸਤੇ ਸਵਾਬ ਦਾ ਜ਼ਰੀਆ ਔਰ ਸਦਕਾ ਜਾਰੀ ਹੈ ਇਹ ਤੀਸਰੇ ਨੰਬਰ ਤੇ ਆਪਨੇ ਫਰਮਾਇਆ ਐਸੀ ਔਲਾਦ ਜਿਹੜੀ ਆਪਣੇ ਵਾਲਿਦੈਨ ਵਾਸਤੇ ਦੁਆ ਕਰਦੀ ਹੈ ਉਹਦਾ ਵੀ ਅਮਾਲ ਦਾ ਸਿਲਸਿਲਾ ਬੰਦੇ ਦਾ ਜਾਰੀ ਉਹ ਸਾਰੀ ਰਹਿੰਦਾ ਯਕੀਨਨ ਹਾਜੀ ਮੁਹੰਮਦ ਅਰਸ਼ਦ ਸਾਹਿਬ ਰਹਿਮਤੁੱਲਾ ਅਲੈ ਉਹਨਾਂ ਇਹ ਸਿਲਸਿਲਾ ਸ਼ੁਰੂ ਕੀਤਾ ਇਹ ਸਿਲਸਿਲਾ ਜਾਰੀ ਹੈ ਉਹਨਾਂ ਵਾਸਤੇ ਸਦਕਾ ਜਾਰੀ ਹੈ ਅੱਲਾ ਤਾਲਾ ਉਹਨਾਂ ਦੀ ਕਬਰ ਤੇ ਕਰੋੜਾਂ ਰਹਿਮਤਾਂ ਦਾ ਨਜ਼ੂਰ ਫਰਮਾਏ ਮੈਂ ਆਪਣੀ ਬਾਤ ਦਾ ਆਗਾਜ਼ ਇੱਕ ਨਹਾਇਤ ਹੀ ਖੂਬਸੂਰਤ ਬਾਤ ਤੋਂ ਕਰਾਂਗਾ ਨਹਾਇਤ ਹੀ ਤਵੱਜੋ ਦੇ ਨਾਲ ਸਮਾਤ ਫਰਮਾਣਾ ਸੱਜਣਾ ਹਜ਼ਰਤ ਅਬਦੁਰਰਹਿਮਾਨ ਬਿਨ ਸਖਰ ਇਮਾਮੇ ਅਬੀ ਹੁਰੈਰਾ ਰਜ਼ੀ ਅੱਲਾਹੁ ਤਾਲਾ ਅਨਹੁ ਇੱਕ ਦਿਨ ਬਾਜ਼ਾਰ ਦੇ ਅੰਦਰ ਨਿਕਲੇ ਬਾਜ਼ਾਰ ਦੇ ਅੰਦਰ ਉਹਨਾਂ ਦੀ ਮੁਲਾਕਾਤ ਉਹਨਾਂ ਦੇ ਦਮਾਦ ਸੱਜਣਾ ਸਾਈਦ ਇਬਨ ਮੁਸੱਯਬ ਰਹਿਮਤੁੱਲਾ ਅਲੈਹਿ ਨਾਲ ਹੋਈ ਆਪਣੇ ਦਮਾਦ ਨੂੰ ਵੇਖ ਕਰਕੇ ਹਜ਼ਰਤ ਅਬੂ ਹੁਰੈਰਾ ਨੇ ਆਪਣਾ ਗਿਰੇਬਾਨ ਖੋਲਿਆ ਸੀਨਾ ਨੰਗਾ ਕੀਤਾ
اور اپنے دماغ نو سینے لگایا پیشانی تے بوسا دیتا فرمان لگے سعید اے جڑا سینہ تیرے سینے نہ لگے اے سینہ کئی مرتبہ محمد پاک دے سینے نہ لگے اے جنہ ہونٹا نل میں تیری پیشانی تے بوسا دیتے اینا ہونٹا کئی مرتبہ سونے محمد پاک دی مورے نبوت نو چمے سعید میں تیرے نل اتنا پیار اتنی محبت اس واسطے نہیں کر رہا کہ تو میری بیٹی دا شوہر میرا دماد ہے میں تینو اتنی عزت اس واسطے دے رہا کہ تو سونے محمد دی حدیث دا پیرے دار اللہ تعالیٰ ساڑے دلان دندر بھی حدیث مصطفیٰ دے احترام پیدا فرمائے حضرات میرے ذمے جو احباب نے عنوان لگائے میں انشاءاللہ بلا تمہید اپنی بات دا آغاز کرنا سننا اللہ دا قرآن اور اپنا ایمان تازہ کرنا حبیب کبریا جناب محمد صلی اللہ علیہ وسلم اللہ تعالیٰ نے نبی پاک علیہ الصلوۃ والسلام دے سینہ پاک دے قرآن پاک نازل فرمایا اللہ فرماندے نے یا ایھا الذین آمنوا اذکروا اللہ ذکرا کثیرا فرمایا اے ایمان والو اللہ نو یاد کرو کثرت دے نال یاد کرو اللہ دا ذکر کرو اللہ دا ذکر کائنات دا رب اپنے ایمان والے بندیاں نو مخاطب کر کے کہہ رہے ایمان والیو مینوں زیادہ تو زیادہ یاد کرو زیادہ تو زیادہ میرا ذکر کرو سبحان اللہ وی اللہ دا ذکر الحمدللہ وی اللہ دا ذکر لا الہ الا اللہ وی اللہ دا ذکر نماز بھی اللہ دا ذکر ہے لیکن میں جس ذکر دا تذکرہ کرنا چاہنا ہوں جدے بارے قرآن کہم دے اللہ فرمان دے نے انا نَحْنُ نَزَّلْنَا الذِّكْرَ وَإِنَّا لَهُ لَحَافِظُونَ فرمایا ایسا ذکر نو اللہ فرماندے نے اسی نادل کیتا ہے قرآن پاک اللہ دا ذکر فرمایا دیاں کے پادتان دا زمہ میں اسی آپ لے قرآن پاک اللہ دا ذکر کائنات دا رب انو پڑھن دا حکم دے رہے پتا جنا کائنات دے لوگو اللہ دے قرآن دی تلاوت اللہ دے قرآن نو پڑھنا رب دے قرآن پاک نل محبت کرنا قرآن پاک نل پیار کرنا اے میرے پیغمبر دی سنت دے نبی پاک دا طریقہ ہے توجہ کرنا اے قرآن پاک دی عظمت قرآن پاک دی فضیلت قرآن پاک دے نال جڑ جان والے دا مقام اللہ پہلی بات رحمت کائنات حبیب کبریا جناب محمد صلی اللہ علیہ وسلم نبی پاک علیہ الصلوۃ والسلام دے صحابی حضرت عبداللہ بن مسعود رضی اللہ تان کو بیان کر دینے صحیح بخاری دی روایت نبی پاک دے صحابی کہہ دینے ایک دن رحمت کائنات علیہ الصلوۃ والسلام تشریف لے کر کے آئے میرے پیغمبر فرمان دینے عبداللہ میں نو قرآن پاک پڑھ کے سنا میرے پیغمبر علیہ الصلوۃ والسلام دے صحابی کہہ دینے سونے آ میں قرآن پڑھا حالا قرآن پاک تو آڈے تے نادل ہوئے میرے پیغمبر دا جواب سننا تے اپنا امام تازہ کرنا آج تیرے کلے قرآن پڑھن دا بھی ٹیم کوئی نہیں قرآن پاک سنن دا بھی ٹیم کوئی نہیں لیکن جدے سینہ پاک پہ اللہ تعالی نے قرآن پاک نازل فرمائے اس پیغمبر دا اس قرآن پاک نال پیار کنے میرے پیغمبر فرما دینے عبداللہ میں نو قرآن پاک پڑھ کے سنا نبی پاک دے سے آپی کا دنے سونے آ میں قرآن پڑھا خالا قرآن پاک وڈے تے نازل ہوئے نبی پاک فرما دینے میں پسند کرنا قرآن اور کوئی پڑھے تے محمد سامنے بیٹھ کے سنے صلی اللہ علیہ وسلم حضرت عبداللہ نے قرآن پاک دیاں تلاوتاں شروع کر دیتیاں ایدر میرے والے توجہ کرنا ذرا بیدار ہو کے ہوشیار ہو کے گل سماعت فرمانا حضرت عبداللہ پڑھ دینے یا
ايها الناس اتقوا ربكم الذي خلقكم من نفس واحدة وخلق منها زوجها وبث منهما رجالا كثيرا ونساء واتقوا الله الذي تساءلون به والأرحام إن الله كان عليكم رقيبا حضرت عبداللہ قرآن پڑھ دے جا رہے نے میرے پیغمبر سماعت کر دے جا رہے نے اے ملتانیاں کی منظر ہوئے گا جدو نبی پاک دا صحابی قرآن پڑھ دا ہوئے گا نبی پاک سماعت کر دے اونگے نبی پاک دے صحابی قرآن پڑھ دیاں فرما دے نے جدو میں سایہ مبارکہ تے پہنچیا نا فَقَيْفَ اِذَا جِئْنَا مِنْ كُلِّ اُمَّتٍ بِشَهِيدٍ وجئنا بك على هؤلاء شهيدا اس آیا مبارکہ دے اندر قیامت دا ذکر اللہ فرما دے نے سنیا قیامت والے دن گواہیاں لیاں جان گیاں تانوں وی بطور گواہ پیش کیتا جائے گا میرے پیغمبر نے آیا مبارکہ سنی نا رحمت کائنات علیہ الصلوۃ والسلام فرما دے نے عبداللہ بس کر جا ہن میرے کول قران پاک نہیں سنیا جاندا نبی پاک دے صحابی کہندے نے میں نظراں اٹھائیاں سونے محمد دے چہرے تے ویکھیا نا نبی پاک نے رو رو کر کے اپنی داڑیاں سونن تر کر لیے کیوں کا دے واسطے قرآن سن کے میرے پیغمبر دے سامنے قیامت دا منظر آ گئے میدان معاشر دا منظر آ گئے اج اسی قرآن سننے نہیں یا سننے تے سن پتہ کوئی نہیں لگدا قرآن کہندا کی پیا اے قرآن سانو پیغام کی دیندہ پہ آئے ادھر تے غالے وے میرے پیغمبر قرآن دے پینے تے رب نو یاد کر دے پینے قرآن سن دے پینے اکھاں دے روانسو بغان دے پینے تے ساڑھی مسجد دے کاری صاحب اللہ جے قرآن پاک دیاں دو ایتنا ود پڑ چھڑن فجر دی نماز دے اندر سوڑا آیات دے بجائے اٹھارہ آیات پڑ دین تے بابا جی کہندن مولانا آج تو آڈے کلے بہتا ٹیم سی آتی سارا قرآن سنا دینا سی او بزرگ جڑا دو دو کینٹے دیاں فلمہ ویک کے نہیں تھک دا سارا اخبار پڑھ کے نہیں تھک دا کینٹے کینٹے دے ٹاک شو سن کے نہیں تھک دا تھکم دے آئے تے قرآن پاک دیاں دو ایتاں واد سن کے تھک گیا ہے اللہ دی قسمیں مسلمانہ ایک وڈائے آج زلت دے رسوائی ساڑا مقدر بن گئے گانے سانو چنگے لگ دینے فلم سانو چنگیاں لگ دینے ڈرامے سانو چنگے لگ دینے مراسیاں دیاں جگتاں سانو چنگیاں لگ دینے اخبار سانو چنگے دی لگ دے آئے افسوس مسلمان چنگا نہیں لگ دا تے قرآن چنگا نہیں لگ دا حالا قرآن کہندا پے ایا ایوہ الذین آمنوا اذکروا اللہ ذکراً کثیراً بندیا قرآن پڑھیا کر قرآن سنیا کر اے قرآن ہدایت دا سبب اے اے قرآن رحمت دا سبب اے اے قرآن برکت دا سبب اے اے قرآن دی وجہ کر کے اللہ تعالی شفاواں عطا کر دے اے قرآن اللہ دا ذکر اے پھر کیوں نہ شروع جمدر تینوں تڑپا جاواں تے جگا جاواں اے رب دا بندہ بن جا بندیا رب دا بندہ بن جا بندیا بندیاں تو نہ ڈریا کر پاک نبی دا اے فرمانے اللہ اللہ کریا کر پاک نبی دا اے فرمانے اللہ اللہ کریا کرے او عرشاں تے فرشاں والا او کل دنیا دا والی اے
بندے دی اوقات گئے نی بس مجبور سوالیے اس دے در تے رکھ کے متھا اس دے در تے رکھ کے متھا رج رج سجدے کریا کر پاک نبی دا اے فرمانے اللہ اللہ کریا کر اللہ دا قرآن کی اعلان کرے فرمایا اعوذ باللہ من الشیطان الرجیم اقم الصلاة لدلوک الشمس الى غسق اللیل وقرآن الفجر ان قرآن الفجر کان مشغول ومن الليل فتهجد به نافلة لك عسى أن يبعثك ربك مقاما محمودا. اللہ میں قربان جاواں اللہ تعالیٰ تے اپنے پیغمبر نوں وی قرآن پڑھن دا کہندا پیا اے اللہ 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 دا ذکر جو اے قرآن سینے ٹھنڈ جو پاندے قرآن ایمان تازہ جو کردے قرآن بندے دے دل نوں سکون جو پہنچاندے قرآن دکھاں دا علاج جو قرآن بیماریاں تو شفا جو قرآن اس واسطے اللہ فرماں تیرے سونیا فجر دی نماز وی پڑھنی اے تے فجر دا قرآن وی فجر دی نماز بھی تے فجر دا قرآن بھی نازی فجر پڑھنے ہیں قرآن پڑھنے کیسی گل کیسی حیرانگی دی گل ہے او مسلمانوں اللہ دی قسم فجر دے اندر اللہ نے بڑیاں برکتاں رکھیاں نے میرے پیغمبر نے فرمایا اللہ تعالی نے میری امت دے فجر دے وقت دے اندر بڑی برکت رکھی لیکن افسوس جڑا ٹائم برکت والا ہوندا سی سوتیاں گزار دے لے برکت والا ٹائم ساڈا سوتے ساری رات فیس بک چلائی واٹس اپ چلایا یوٹیوب چلائی تے فجر دی نماز دا ٹائم ہویا کمبل لے کے لمبے پے گئے کیسا مسلمان ہے مسلمان دا بیٹے مسلمان دے گھر دے اندر پیدا ہے جتی پشتی مسلمان ہے لیکن فجر دا عادی نہیں میں ایک بڑی پیاری حدیث سناواں گل اگے چلاواں نبی پاک نے فرمایا من صلی صبح فہو فی ذمت اللہ جڑا بندہ فجر دی نماز پڑھ لیندے اللہ دی نگرانی دے اندر آ جاندے اللہ دی حفاظت دے اندر آ جاندے اج اسی پریشان ہاں بچے سکول بھیج دیے نا ماں باپ دا دل مٹھی دے اندر آئے رہندے کتے رکشے والا کوئی بے ایمانی نہ کر لے کوئی وین والا بے ایمانی نہ کر لے کتے سکول ٹیچر جناب طرح طرح دے ذہن دے اندر خیالات آندے نے مینوں پیدا کرن والے رب دی قسم آپ دی فجر ویلے اٹھیا کر اولاد نوں وی فجر ویلے اٹھایا کر آپ دی قرآن پڑھیا کر اپنی اولاد نوں وی قرآن پڑھایا کر جدوں تیرا بیٹا تیری بیٹی فجر پڑھن گے سکول جان کالج جان یونیورسٹی جان میں گارنٹی نال کہنا انہاں دا وال بھی بنگا نہیں ہو سکدا کیونکہ نبی پاک نے فرمایا من صلی صبح فہو فی ذمۃ اللہ جڑا فجر پڑھ لیندے اللہ دی نگرانی دے اندر آ جاندا دکان تے جا کے پیندے ہو نا تے پریشان ہو جاندے دے گھر دے اندر جوان تھیاں نے اللہ میری عزت دی حفاظت فرمانا دکان تے کاؤنٹر تے بیٹھا دعاواں کردا پیا یا اللہ گھر جوان تھیاں نے میری عزت دی حفاظت فرمانا مینوں پیدا کرن والے رب دی قسم صبح جان تو پہلا فجر ویلے اٹھ کے آپ دی قرآن پڑھیا کر بیٹیاں نوں وی پڑھایا کر آپ دی فجر پڑھیا کر بیٹیاں نوں وی پڑھایا کر میرا ایمان تے یقین ہے نہ تیری عزت دا کوئی نقصان کر سکدے نہ تیرے مال دا کوئی نقصان کر سکدے نہ تیری جان دا کوئی نقصان کر سکدے کیونکہ میرے پیغمبر دا فرمان حق ہے من صلی الصبح فہو فی ذمۃ اللہ اللہ اکبر اللہ پر کون عمل کرے اسی تے صرف کناں تے چسکیاں تک رہ گیا اسی تے صرف سواد تے مزیاں تے چکر وچ رہ گیا توجہ کرنا خار کرنا میں اپنے موضوع والا واں زمنن بات آئی میرے پیغمبر نو اللہ فرماندے نے سونے اپ فجر وی پڑھنی ہے تے قران وی پڑھنے تے میرے پیغمبر نے اس قران نال کتنا پیار کیتا حبیب اکبریا جناب محمد
محمد صلی اللہ علیہ وسلم اج نہ کرو محبت پیار نہ درود پاک پڑھو حبیب کبریا جناب محمد جیڑا سب تو سونے اونوں پیر منے جنا جنا منے ذرا گج کے کو سبحان اللہ میں تانوں جگانا چاہنا پھر تقریر سنانا چاہنا سننا چاہندے ہو جاگنا چاہندے ہو حوصلہ ماشاء اللہ پانچ بجے تو لے کے بیٹھے دے ساڑھے اٹھ بج گئے نے لیکن آخری اخیر چنگی تے سب چنگا جیڑا سب تو سونے اونوں پیر منیے جیڑا جگ تو سونے اونوں پیر منیے جیڑا رب دا سونے اونوں پیر منیے واللیل زلفاں سونی پیشانی واللیل زلفاں سونی پیشانی واللیل زلفاں سونی پیشانی اے میری دنیا سونے دی دیوانی میری دنیا سونے دی دیوانی تائیوں جیڑا سب تو سونے اونوں پیر منے اور میں یقین نال کہنا چاہنا تیری سستی اتر جائے گی مان تادا ہو جائے گا ایڈا محبت بھریا جملہ وارفا انا ذکر کے شانا تے قدرا وارفا انا ذکر کے شانا تے قدرا جدا کلمہ پڑھیا خجران تے شجران جدا کلمہ پڑھیا حجران تے شجران تائیوں جیڑا سب تو سونے اونوں پیر منیے کئی لوگ کہندے نے وہابی بے مرشد بے پیرے میں اپنے مرشد دی گل کر لگا اپنے پیر دی گل کر لگا اپنے امام تے رابر دی گل کر لگا عظمت تے شانہ وا بلے بلے عظمت تے شانہ وا بلے بلے عظمت تے شانہ وا بلے بلے گھٹ رب تو سونا باقی سارا جگ گے تھلے گھٹ رب تو سونا باقی سارا جگ گے تھلے تائیوں جیڑا سب تو سونے اونوں پیر منے اور تڑپ جانا اللہ اللہ جگ وچ کو سونا ایسا نہ آیا جگ وچ کو سونا ایسا نہ آیا جگ وچ کو سونا ایسا نہ آیا اونوں لکھ سلاماں جس مان جایا بلکہ میں کماں جگ وچ کو سونا ایسا نہ آیا اونوں لکھ سلاماں جن نے دودھ پلایا اونوں لکھ سلاماں جن نے گودی چایا تائیوں جیڑا سب تو سونے اونوں پیر منے میرے پیغمبر علیہ الصلوۃ والسلام نے قرآن پاک نال کتنا پیار کیتا قرآن دستا پہ اللہ فرماندے نے بسم اللہ الرحمن الرحیم یا ایھا المزمل قم اللیل الا قلیلا نصفہ او انقص منہ قلیلا او زد علیہ ورتل القرآن ترتیلا نبی پاک ساری رات قیام دے اندر کھڑیاں کھو کے تلاوت کریا کر دے آسمان والے رب نے کیا سونیاں نا ساری رات قرآن پڑھیا کرو ادھی رات قیام کریا کرو تے ادھی رات آرام کریا کرو وجہ کیے میرے پیغمبر قرآن پاک نال اتنا پیار کیوں کر دے نے رحمت کائنات فرماندے نے دلاں نوں زنگ لگ جاندے جویں لوہے نوں زنگ لگ جاندے لوہے دا زنگ ریگ مارن اتر دے دلان
ਦੀਆਂ ਦਾਜ਼ਾਂ ਕਿਵੇਂ ਉਤਰਦੇ ਰਹਿਮਤ ਤੇ ਕਾਇਨਾਤ ਲਈ ਸਲਾਤ ਵ ਸਲਾਮ ਦੇ ਸਿਆਪਾ ਕਹਿੰਦੇ ਨੇ ਸੋਹਣਿਆ ਦੱਸੋ ਨਾ ਦਿਲਾਂ ਦਾਜ਼ਾਂ ਕਿਵੇਂ ਉਤਰਦੇ ਓਏ ਮੁਲਤਾਨੀਆਂ ਮੈਂ ਇੱਕ ਗੱਲ ਕਰਨਾ ਚਾਹਨਾ ਵਾ ਅੱਲਾ ਦੀ ਕਸਮੇ ਲੋਹੇ ਨੂੰ ਜ਼ੰਗ ਲੱਗੇ ਤੇ ਲੋਹਾ ਗਲ ਜਾਂਦੇ ਖਰਾਬ ਹੋ ਜਾਂਦੇ ਤੇ ਦਿਲ ਨੂੰ ਜ਼ੰਗ ਲੱਗੇ ਤੇ ਬੰਦਾ ਹਾਰਟ ਅਟੈਕ ਦਾ ਹਾਰਟ ਅਟੈਕ ਹੋ ਜਾਂਦਾ ਹਾਰਟ ਦਾ ਮਰੀਜ਼ ਬਣ ਜਾਂਦੇ ਅੱਲਾਹੁ ਅਕਬਰ ਹੁਣ ਦਿਲ ਤੇ ਸੰਗ ਦਾ ਇਲਾਜ ਕੀ ਏ ਨਬੀ ਪਾਕ ਫਰਮਾਉਂਦੇ ਨੇ ਕਸਰਤੁ ਜ਼ਿਕਰਿਲ ਮੌਤੀ ਵਾ ਤਿਲਾਵਤਿਲ ਕੁਰਾਨ ਫਰਮਾਇਆ ਮੌਤ ਨੂੰ ਜ਼ਿਆਦਾ ਯਾਦ ਕਰਿਆ ਕਰੋ ਮੌਤ ਨੂੰ ਯਾਦ ਰੱਖਿਆ ਕਰੋ ਔਰ ਕਸਰਤ ਨਾਲ ਕੁਰਾਨ ਪਾਕ ਦੀ ਤਿਲਾਵਤ ਕਰਿਆ ਕਰੋ ਇੱਥੇ ਇੱਕ ਗੱਲ ਸਮਝਾ ਜਾਵਾਂ ਅੱਜ ਕਈ ਮਾਂ ਬਾਪ ਪਰੇਸ਼ਾਨ ਨੇ ਕਈ ਭਰਾ ਪਰੇਸ਼ਾਨ ਨੇ ਕਈ ਭੈਣਾਂ ਪਰੇਸ਼ਾਨ ਨੇ ਕਈ ਬੇਟੇ ਪਰੇਸ਼ਾਨ ਨੇ ਕਈ ਬੇਟੀਆਂ ਪਰੇਸ਼ਾਨ ਨੇ ਬਾਪ ਕਹਿੰਦਾ ਮੌਲਾਨਾ ਮੇਰਾ ਬੇਟਾ ਮੇਰੀ ਗੱਲ ਕੋਈ ਨਹੀਂ ਸੁਣਦਾ ਬਈ ਮਾਂ ਕਹਿੰਦੀ ਹੈ ਮੇਰੀ ਬੇਟੀ ਗੱਲ ਕੋਈ ਨਹੀਂ ਸੁਣਦੀ ਔਲਾਦ ਮਾਪਿਆਂ ਤੋਂ ਸ਼ਿਕਵੇ ਕਰਦੇ ਨੇ ਸ਼ਿਕਵੇ ਜਨਾਬ ਸ਼ਿਕਵੇ ਸ਼ਿਕਵੇ ਖਾਮਦ ਬੀਵੀ ਤੋਂ ਸ਼ਿਕਵਾ ਕਰਦੇ ਬੀਵੀ ਖਾਮਦ ਤੋਂ ਸ਼ਿਕਵਾ ਕਰਦੀਏ ਫਲਾ ਬੰਦਾ ਮੇਰੇ ਨਾਲ ਗੱਲ ਕੋਈ ਨਹੀਂ ਕਰਦਾ ਮੇਰੇ ਰਿਸ਼ਤੇਦਾਰ ਮੇਰੇ ਨਾਲ ਗੱਲ ਕੋਈ ਨਹੀਂ ਕਰਦੇ ਮੇਰੇ ਭੈਣਾਂ ਭਰਾ ਮੇਰੇ ਨਾਲ ਗੱਲ ਕੋਈ ਨਹੀਂ ਕਰਦੇ ਅੱਲਾ ਦੀ ਕਸਮੇ ਜਦੋਂ ਕੋਈ ਤੇਰੇ ਨਾਲ ਗੱਲ ਨਹੀਂ ਕਰਦਾ ਕੁਰਾਨ ਪੜਿਆ ਕਰ ਕੁਰਾਨ ਤੇਰੇ ਨਾਲ ਗੱਲਾਂ ਕਰਦਾ ਏ ਕੁਰਾਨ ਗੱਲਾਂ ਕਰਦਾ ਏ ਕੱਲਾ ਗੱਲਾਂ ਨਹੀਂ ਕਰਦਾ ਤੇਰੇ ਦਿਲ ਦਾ ਸਕੂਨ ਬਣਦਾ ਏ ਤੇਰੇ ਦਿਲ ਦਾ ਕਰਾਰ ਬਣਦਾ ਏ ਕਿਤੇ ਲਿਖਿਆ ਅੱਲਾ ਦਾ ਕੁਰਾਨ ਐਲਾਨ ਕਰੇ ਅੱਲਾ ਫਰਮਾਉਂਦੇ ਨੇ ਅਲਜ਼ੀਨਾ ਆਮਨੁ ਵਤਤਮਈਨੁ ਕੁਲੂਬੁਹੁਮ ਬਿਜ਼ਿਕਰਿਲਲਾ ਅਲਾ ਬਿਜ਼ਿਕਰਿਲਲਾਹਿ ਤਤਮਈਨੁਲ ਕੁਲੂਬ ਫਰਮਾਇਆ ਐ ਇਮਾਨ ਵਾਲੋ ਅੱਲਾ ਦਾ ਜ਼ਿਕਰ ਕਰਿਆ ਕਰੋ ਕਸਰਤ ਨਾਲ ਕਰਿਆ ਕਰੋ ਜ਼ਿਆਦਾ ਤੋਂ ਜ਼ਿਆਦਾ ਕਰਿਆ ਕਰੋ ਐ ਇਮਾਨ ਵਾਲੋ ਦਿਲਾਂ ਦੇ ਇਤਮਾਨ ਅੱਲਾ ਦਾ ਜ਼ਿਕਰ ਖਬਰਦਾਰ ਦਿਲਾਂ ਦਾ ਜ਼ਿਕਰ ਦਿਲਾਂ ਦੇ ਇਤਮਾਨ ਅੱਲਾ ਦਾ ਜ਼ਿਕਰ ਅੱਲਾ ਦੇ ਜ਼ਿਕਰ ਤੋਂ ਇਲਾਵਾ ਦਿਲਾਂ ਦੇ ਇਤਮਾਨ ਕੋਈ ਨਹੀਂ ਇੱਧਰ ਮੇਰੇ ਵੱਲ ਵੇਖਣਾ ਮੈਂ ਇੱਕ ਗੱਲ ਸਮਝਾਉਣਾ ਚਾਹੁੰਦਾ ਅੱਜ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਨੌਜਵਾਨ ਨਸਲ ਕੋਈ ਕਹਿੰਦਾ ਮੌਲਾਨਾ ਦਿਲ ਨਹੀਂ ਪਿਆ ਲੱਗਦਾ ਫੇਸਬੁੱਕ ਚਲਾ ਲਈ ਕੋਈ ਕਹਿੰਦਾ ਦਿਲ ਨਹੀਂ ਪਿਆ ਲੱਗਦਾ ਵਟਸਐਪ ਚਲਾ ਲਿਆ ਕੋਈ ਕਹਿੰਦਾ ਦਿਲ ਨਹੀਂ ਪਿਆ ਲੱਗਦਾ ਯੂਟਿਊਬ ਚਲਾ ਲਿਆ ਕੋਈ ਕਹਿੰਦਾ ਦਿਲ ਨਹੀਂ ਪਿਆ ਲੱਗਦਾ ਕ੍ਰਿਕਟ ਮੈਚ ਵੇਖ ਲਿਆ ਕੋਈ ਕਹਿੰਦਾ ਦਿਲ ਨਹੀਂ ਪਿਆ ਲੱਗਦਾ ਅੱਲਾਹੁ ਅਕਬਰ ਮੈਂ ਫੁੱਟਬਾਲ ਮੈਚ ਵੇਖ ਲਿਆ ਕੋਈ ਕਹਿੰਦਾ ਦਿਲ ਨਹੀਂ ਪਿਆ ਲੱਗਦਾ ਮੈਂ ਅਖਬਾਰ ਪੜ੍ਹ ਲਿਆ ਮੈਨੂੰ ਪੈਦਾ ਕਰਨ ਵਾਲੇ ਰੱਬ ਦੀ ਕਸਮੇ ਫੇਸਬੁੱਕ ਦੇ ਅੰਦਰ ਦਿਲ ਦਾ ਇਤਮਾਨ ਨਹੀਂ ਵਟਸਐਪ ਦੇ ਅੰਦਰ ਦਿਲ ਦਾ ਇਤਮਾਨ ਨਹੀਂ ਯੂਟਿਊਬ ਦੇ ਅੰਦਰ ਦਿਲ ਦਾ ਇਤਮਾਨ ਨਹੀਂ ਇਤਮਾਨ ਏ ਅੱਲਾ ਦੇ ਜ਼ਿਕਰ ਦੇ ਅੰਦਰ ਸਕੂਨ ਏ ਅੱਲਾ ਦੇ ਜ਼ਿਕਰ ਦੇ ਅੰਦਰ ਪੜਿਆ ਕਰ ਅੱਲਾ ਦਾ ਕੁਰਾਨ ਤੇਰਾ ਦਿਲ ਲੱਗ ਜਾਏ ਕਦੀ ਜਨਾਬ ਅਜ਼ਮਾ ਕੇ ਵੇਖਣਾ ਇੱਕ ਨੌਜਵਾਨ ਮੈਨੂੰ ਮਿਲਿਆ ਕਹਿੰਦਾ ਮੌਲਾਨਾ ਮੈਂ ਕਰੋੜਾਂ ਦਾ ਮਾਲਕ ਆ ਪੈਲੀਆਂ ਮੇਰੀਆਂ ਮੁਰੱਬੇ ਮੇਰੇ ਬੈਂਕ ਬੈਲੈਂਸ ਮੇਰਾ ਮੈਂ ਦਿਲ ਦੇ ਸਕੂਨ ਵਾਸਤੇ ਜਨਾਬ ਦੇ ਅੱਡੇ ਤੇ ਵੀ ਗਿਆ ਪਰ ਮੈਨੂੰ ਸਕੂਨ ਨਹੀਂ ਮਿਲਿਆ ਮੈਂ ਦਿਲ ਦੇ ਸਕੂਨ ਵਾਸਤੇ ਸ਼ਰਾਬ ਦੇ ਅੱਡੇ ਤੇ ਵੀ ਗਿਆ ਮੈਨੂੰ ਸਕੂਨ ਕੋਈ ਨਹੀਂ ਮਿਲਿਆ ਮੈਂ ਦਿਲ ਦੇ ਇਤਮਾਨ ਵਾਸਤੇ ਸਹਿਮੇ ਦੇ ਅੰਦਰ ਗਿਆ ਮੇਰੇ ਦਿਲ ਨੂੰ ਸਕੂਨ ਕੋਈ ਨਹੀਂ ਮਿਲਿਆ ਮੈਂ ਦਿਲ ਦੇ ਇਤਮਾਨ ਵਾਸਤੇ ਫਿਲਮ ਵੇਖਣ ਵਾਸਤੇ ਗਿਆ ਮੇਰੇ ਦਿਲ ਨੂੰ ਸਕੂਨ ਨਹੀਂ ਮਿਲਿਆ ਕਸਮ ਉਠਾ ਕੇ ਕਹਿੰਦਾ ਮੌਲਾਨਾ ਜਦੋਂ ਦਾ ਮੈਂ ਕੁਰਾਨ ਪੜ੍ਹਨਾ ਸ਼ੁਰੂ ਕੀਤੇ ਦਿਲ ਨੂੰ ਸਕੂਨ ਆ ਗਿਆ ਕਿਉਂ ਕੁਰਾਨ ਦਿਲਾਂ ਦੀ ਸ਼ਿਫਾ ਏ ਕੁਰਾਨ ਦਿਲਾਂ ਦਾ ਸਕੂਨ ਏ ਅੱਲਾ ਫਰਮਾਉਂਦੇ ਨੇ ਯਾ ਫਰਮਾ ਕੁਰਾਨ ਤੁਹਾਡੇ ਕੋਲ ਨਸੀਹਤ ਬਣ ਕੇ ਆਏ ਦਿਲਾਂ ਦੀ ਸ਼ਿਫਾ ਬਣ ਕੇ ਆਏ ਪੜਿਆ ਕਰੋ ਕੁਰਾਨ ਇਹ ਕੁਰਾਨ ਪੜ੍ਹਨਾ ਕੋ ਮੁਸ਼ਕਲ ਕੋਈ ਨਹੀਂ ਅੱਲਾ ਦੀ ਕਸਮੇ ਕੋਸ਼ਿਸ਼ ਤੂੰ ਕਰ ਤਰੀਕਾ ਮੈਂ ਦੱਸਣਾ ਵਾ ਅਕਸਰ ਕੁਰਾਨ ਪਾ ਕੇ ਇੱਧਰ ਮੇਰੇ ਵੱਲ ਵੇਖਣਾ ਅਗਰ ਪੂਰੀ ਤਕਰੀਰ ਸਮੇਂ ਦੇ ਅੰਦਰ ਨਾ ਵੀ ਆਏ ਕੋਈ ਗੱਲ ਨਹੀਂ ਇਹ ਚੰਦ ਜੁਮਲੇ ਫਕੀਰ ਦੇ ਆਪਣੇ ਜ਼ਿਹਨ ਦੇ ਅੰਦਰ ਦਿਮਾਗ ਦੇ ਅੰਦਰ ਬਿਠਾ ਕੇ ਲੈ ਜਾਣਾ ਇਹ ਕੁਰਾਨ ਪਾ ਕੇ ਨਾ ਅਕਸਰ ਕੁਰਾਨ ਪਾਕ 15-17 ਵਾਲੇ ਕਿੰਨੇ
15 17 वाले एक 70 दे अंदर तकरीबन 30 गरब एक जनाब सफा पढ़ वाला एक सफा पढ़ लगियां बंदे नु 2 मिनट लगदे ने अल्लाह अगर कुरान पाक दा हाफिज ते कारी गए ओनु एक सफा पढ़ लगे 1 मिनट लगदे एक सफे ते 2 मिनट लगदे ने एक सफा पढ़ लगियां एक सफे दे अंदर 15 17 एक 70 दे अंदर 30 गरब ने बंदा 2 मिनटां दे अंदर एक सफा पढ़ दे अल्लाह दी कसम एक खरब दे बदले 10 नेकियां मिलदियां ने बंदा 2 मिनटां दे अंदर एक सफा पढ़ दे अल्लाह ताला 4,500 नेकियां ता कर छड़दा है। 2 मिनटां दे अंदर एक सफा नेकियां किनियां जड़ा बंदा 24 घंटे अंदरों 2 मिनट कुराने पाक वास्ते नहीं निकाल सकता ओदे नाल वड्डा को बदबख्त है ओदे नाल वड्डा बद नसीब केड़ा ओदे नाल वड्डा बदबख्त केड़ा है और जिस रब ने तेन 24 घंटे दिते ने उस रब दे कलाम वास्ते तेरे को 2 मिनट कोई नहीं सिर्फ 2 मिनट। और मैं तेनु मजे की गल दसा एहो कुरान होए बैतुल्ला दा मताब होए ते बंदा एक सफा पढ़ ले अल्लाह 4,50,000 नेकियां अता कर छड़ कुरान पाक नाल प्यार ते करना मुहब्बत ते पा और कुरान पाक ही है जिदी वजह करके कौमां नू अल्लाह ताला उरूज अता कर दे ए कुरान पाक है जिदी वजह करके कौमां रुसवा हो जांदियां ने जलील हो जांदियां ने तो जो करना मैं नबी पाक करी की सलातु वसलाम दा एक परमाने आली शान पेश कर लगा थकत नहीं बैठे हुण मेरी तकरीर सिद्धी होई दे मैनू कारी साहब कह रहे सी तसल्ली नाल गुफ्तगू करनी काली मैनू कोई काली नहीं आई तो जो करना हबीबे किबरिया जनाबे मुहम्मद सल्लल्लाहु अलैहि वसल्लम मेरे पैगंबरी सलातु सलाम दा फरमान रहमत कायनातरी सलातु सलाम ने फरमाया नबी पाकरी सलातु सलाम फरमांदे ने इल्लल्लाह यरफाउ बिगादल किताबी अकवाम व यादउ बिही आखरीन नबी पाक फरमांदे ने ऐ कुरान दी वजह करके अल्लाह कौमां नु इज्जत अता कर देंदे ऐ कुरान पाक दी वजह करके अल्लाह कौमां जलील कर दें दे मेरे वाल वेखना बंदा अल्लाह ताला इज्जत किवें अता कर दे ते कुरान छड़न दी वजह करके जलील किवें कर दे बस इन्ना दोनों चीजा ते दो दो मिसालां दे के मैं अपनी बात खत्म करना चाहना वा पहली बात समाप्त फरमाना ये कुरान दी वजह करके इज्जत मां ऐशा रदी अल्लाह ताला अनखा बयान कर दिया ने आप फरमांदियां ने नबी पाक ने फरमाया अल मागिरु बिल कुरानी अल्लाह इस खुश नसीब नू इज्जत वाले फरिश्तियां दा साथ अता कर देवेगा अल्लाहु अकबर ए कुराने पाक नाल प्यार करन दी वड़ा करके अल्लामा इकबाल एवें नहीं कह के रहमतुल्लाह ले फरिश्तों से अफ़ज़ल है इंसान बनना फरिश्तों से बेहतर है इंसान बनना मगर इसमें लगती है मेहनत ज्यादा मेहनत की है अल्लाह का कुरान पढ़ने इसे गतीत नबी पाक फरमाते ने जिहड़ा कुराने पाक माखर कुराने पाक दा माखर अल्लाह को अकबल्ला सोना करके कुराने पाक पढ़ वाला अल्लाह इज्जत वाले फरिश्तियां दा साथ अता करेगा ते जिस बंदे नु कुराने पाक पढ़ना नहीं आंदा कोशिश कर दे कुराने पाक पढ़न दी लेकिन पढ़न लगिया अड़ दे जुमले अदा नहीं गुंदे तलफदा नहीं गुंदा नबी पाक फरमाते ने अल्लाह ताला इनू डबल अजर अता कर देने एक अड़न दा अजर अता कर देने ते अल्लाह एक पढ़न दा अजर अता कर देने
ਕਿਹੜੀ ਕਿਤਾਬ ਹੈ ਜਿਹਨੂੰ ਅੜਨ ਦਾ ਵੀ ਅਜਰ ਮਿਲੇ ਪੜਨ ਦਾ, ਅੱਲਾ ਤੇ ਪੜਨ ਦਾ ਵੀ ਅਜਰ ਮਿਲੇ ਕੁਰਾਨ ਪਾਕ ਹੈ। ਔਰ ਪਤਾ ਹੈ ਕੁਰਾਨ ਪਾਕ ਦੀ ਵਜ੍ਹਾ ਕਰਕੇ ਅੱਲਾ ਕਿਵੇਂ ਇੱਜ਼ਤਾਂ ਅਤਾ ਕਰਦੇ? ਮੇਰੇ ਪੈਗੰਬਰ ਫਰਮਾਉਂਦੇ ਨੇ, ਮੈਂ ਬੜੀ ਕੀਮਤੀ ਗੱਲ ਸੁਣਾ ਕੇ ਚੱਲਾਂ, ਅੱਜ ਜਨਾਬ ਰਿਜ਼ਕ ਦਾ ਤੰਗੀ ਦਾ ਮਾਰਿਆ, ਅੱਜ ਪਰੇਸ਼ਾਨੀਆਂ ਦਾ ਮਾਰਿਆ, ਅੱਜ ਬੇ ਔਲਾਦੀ ਦੀ ਪਰੇਸ਼ਾਨੀ ਦੇ ਅੰਦਰ, ਅੱਜ ਕਾਰੋਬਾਰ ਦੀ ਪਰੇਸ਼ਾਨੀ ਦੇ ਅੰਦਰ, ਅੱਜ ਬੇ ਮਕਾਨੀ ਦੀ ਪਰੇਸ਼ਾਨੀ ਦੇ ਅੰਦਰ, ਅੱਜ ਰਿਸ਼ਤਿਆਂ ਦੇ ਰਿਸ਼ਤਿਆਂ ਦਾ ਸਤਾਇਆ ਹੋਇਆ, ਕਦੀ ਦਰਬਾਰ ਤੇ ਜਾਂਦੇ, ਕਦੀ ਮਜ਼ਾਰ ਤੇ ਜਾਂਦੇ, ਕਦੀ ਕੜਾ ਪਾਉਂਦੇ, ਕਦੀ ਛੱਲਾ ਪਾਉਂਦੇ, ਕਦੀ ਧਾਗਾ ਬਣਦੇ, ਅੱਲਾ ਦੀ ਕਸਮੇ ਦਰਬਾਰ ਤੇ ਜਾਣ ਦੀ ਲੋੜ ਕੋਈ ਨਹੀਂ, ਮਜ਼ਾਰ ਤੇ ਜਾਣ ਦੀ ਲੋੜ ਕੋਈ ਨਹੀਂ, ਕੜਾ ਤੇ ਛੱਲਾ ਤੇ ਧਾਗਾ ਪਾਉਣ ਦੀ ਲੋੜ ਕੋਈ ਨਹੀਂ। ਫੈਸਲਾ ਤਾਂ ਤੂੰ ਆਇਆ ਤਾਲੇ ਬਿਲਮ, ਆਪਣੇ ਪੈਗੰਬਰ ਦਾ ਦੱਸਿਆ ਹੋਇਆ ਤੈਨੂੰ ਨੁਸਖਾ ਦੱਸ ਕੇ ਚੱਲੇ, ਜੇ ਸਮੇਂ ਦੇ ਅੰਦਰ ਆ ਜਾਏ ਤੇ ਸੀਨੇ ਦੇ ਅੰਦਰ ਮਹਿਫੂਜ਼ ਕਰ ਲੈਣਾ। ਮੇਰੇ ਪੈਗੰਬਰ ਫਰਮਾਉਂਦੇ ਨੇ, ਆਗਲੁਲ ਕੁਰਾਨੀ ਹੁਮ ਆਗਲੁਲਾਮ। ਨਬੀ ਪਾਕ ਫਰਮਾਉਂਦੇ ਨੇ, ਕੁਰਾਨ ਵਾਲੇ ਅੱਲਾ ਵਾਲੇ, ਕੁਰਾਨ ਵਾਲੇ ਅੱਲਾ ਵਾਲੇ, ਕੁਰਾਨ ਵਾਲੇ ਅੱਲਾ ਵਾਲੇ। ਬੰਦਾ ਨਮਾਜ਼ੀ ਦੀਆਂ ਨਮਾਜ਼ਾਂ ਵੇਖ ਕੇ ਕਹਿ ਸਕਦੇ ਇਹ ਅੱਲਾ ਵਾਲੇ, ਲੇਕਿਨ ਯਕੀਨਨ ਨਹੀਂ ਕਹਿ ਸਕਦਾ ਕਿ ਅੱਲਾ ਵਾਲੇ। ਬੰਦਾ ਖਾਜੀ ਦੇ ਖੱਜ ਵੇਖ ਕੇ ਕਹਿ ਸਕਦੇ ਅੱਲਾ ਵਾਲੇ, ਲੇਕਿਨ ਯਕੀਨਨ ਨਹੀਂ ਕਹਿ ਸਕਦਾ ਕਿ ਅੱਲਾ ਵਾਲੇ। ਬੰਦਾ ਸਖੀ ਦੀਆਂ ਸਖਾਵਤਾਂ ਵੇਖ ਕੇ ਕਹਿ ਸਕਦੇ ਅੱਲਾ ਵਾਲਾ, ਲੇਕਿਨ ਯਕੀਨਨ ਨਹੀਂ ਕਹਿ ਸਕਦਾ ਅੱਲਾ ਵਾਲਾ। ਮੈਨੂੰ ਪੈਦਾ ਕਰਨ ਵਾਲੇ ਰੱਬ ਦੀ ਕਸਮੇ, ਮੈਂ ਕੁਰਾਨ ਦੇ ਕਾਰੀ ਨੂੰ ਯਕੀਨਨ ਕਹਿ ਸਕਣਾ ਕਿ ਅੱਲਾ ਵਾਲੇ, ਕਿਉਂਕਿ ਮੇਰੇ ਪੈਗੰਬਰ ਨੇ ਫਰਮਾਇਆ ਆਖਲੁਲ ਕੁਰਾਨੀ ਆਖਲੁਲਾ। ਫਰਮਾਇਆ ਕੁਰਾਨ ਵਾਲੇ ਅੱਲਾ ਵਾਲੇ, ਕੁਰਾਨ ਵਾਲੇ ਗੱਡ ਕੇ ਬੋਲੋ, ਕੁਰਾਨ ਵਾਲੇ ਅੱਲਾ ਵਾਲੇ। ਨਾ ਤੱਕੇ ਲਿਆ ਕਰ, ਮੈਂ ਤੇ ਕਿਹਾ ਕਰਨਾ ਜਿਸ ਘਰ ਦੇ ਅੰਦਰ ਬੇਟਾ ਬਾਪ ਦੇ ਕੁਰਾਨ ਏ, ਉਸ ਘਰ ਦੇ ਅੰਦਰ ਅੱਲਾ ਦਾ ਵਲੀ ਮੌਜੂਦ ਏ। ਜਿਸ ਘਰ ਦੇ ਅੰਦਰ ਬੇਟੀ ਬਾਪ ਦੇ, ਉਸ ਘਰ ਦੇ ਅੰਦਰ ਅੱਲਾ ਦੀ ਵਲੀਆ ਮੌਜੂਦ ਏ। ਜਿਸ ਘਰ ਦੇ ਅੰਦਰ ਬਾਪ ਬਾਪ ਦੇ, ਉਸ ਘਰ ਦੇ ਅੰਦਰ ਅੱਲਾ ਦਾ ਵਲੀ ਮੌਜੂਦ ਏ। ਜਿਸ ਘਰ ਦੇ ਅੰਦਰ ਮਾਂ ਬਾਪ ਦੇ, ਉਸ ਘਰ ਦੇ ਅੰਦਰ ਅੱਲਾ ਦੀ ਵਲੀਆ ਮੌਜੂਦ ਏ। ਜਿਸ ਘਰ ਦੇ ਅੰਦਰ ਬੇਟੀ ਗਾਪ ਦੇ, ਬੇਟਾ ਗਾਪ ਦੇ, ਜਿਸ ਘਰ ਦੇ ਅੰਦਰ ਖਾਵਾਂ ਦਾ ਪਦੇ, ਅੱਲਾ ਦਾ ਵਲੀ ਮੌਜੂਦ ਏ। ਜਿਸ ਘਰ ਦੇ ਅੰਦਰ ਬੀਵੀ ਗਾਪ ਦੇ, ਉੱਥੇ ਅੱਲਾ ਦਾ ਵਲੀ ਮੌਜੂਦ ਏ। ਦੁਆ ਵਾਸਤੇ ਵਲੀਆਂ ਕੋਲੇ ਜਾਣਾ ਚਾਹੀਦੇ, ਲੇਕਿਨ ਘਰ ਦੇ ਅੰਦਰ ਵੀ ਕੋਈ ਸਬਾਬ ਪੈਦਾ ਕਰਨਾ, ਉਹ ਆਪਣੀ ਔਲਾਦ ਦੇ ਅੰਦਰੋਂ ਕੋ ਬੇਟਾ ਗਾਪ ਦੇ ਕੁਰਾਨ ਵੀ ਬਣਾ ਦੇ, ਆਪਣੇ ਬੇਟੇ ਨੂੰ ਕੁਰਾਨੇ ਪਾਕ ਵੀ ਸਿਖਾ ਦੇ। ਮਰ ਜਾਣੇ ਜਹਾਨ ਛੱਡ ਜਾਣੇ, ਅੱਲਾ ਦੀ ਕਸਮੇ ਮੈਂ ਸਵਾਲ ਛੱਡ ਕੇ ਜਾਣਾ ਚਾਹੁੰਦਾ ਵਾਂ, ਤੇਰੇ ਦਿਲੋਂ ਦਿਮਾਗ ਤੇ ਦਸਤਕ ਦਿੰਦਾ ਰਹੇਗਾ। ਆਪਣੇ ਬੇਟੇ ਵਾਸਤੇ ਕੋਠੀ ਬਣਾ ਦਿੱਤੀ ਏ, ਆਪਣੇ ਬੇਟੇ ਵਾਸਤੇ ਬੰਗਲਾ ਬਣਾ ਦਿੱਤਾ ਏ, ਆਪਣੇ ਬੇਟੇ ਵਾਸਤੇ ਬੈਂਕ ਬੈਲੈਂਸ ਇਕੱਠਾ ਕਰ ਦਿੱਤਾ ਏ, ਆਪਣੇ ਬੇਟੇ ਵਾਸਤੇ ਕਰੋੜਾਂ ਦੀ ਜਾਇਦਾਦ ਬਣਾ ਦਿੱਤੀ ਏ, ਕਿ ਆਪਣੀ ਔਲਾਦ ਦੇ ਅੰਦਰ ਕੋਈ ਐਸਾ ਵੀ ਬੇਟਾ ਤਿਆਰ ਕਰਕੇ ਚੱਲੇ ਜਿਹੜਾ ਤੇਰੇ ਜਾਣ ਤੋਂ ਬਾਅਦ ਕਹੇ ਰੱਬਾ ਨਗਫਿਲੀ ਵਾਲੀ ਵਾਲੀ ਤਈਆ। ਅਗਰ ਐਸਾ ਬੇਟਾ ਬੇਟੀ ਤੇਰੇ ਘਰ ਦੇ ਅੰਦਰ ਮੌਜੂਦ ਏ, ਖੁਸ਼ ਨਸੀਬ ਸਾਦਤਮੰਦ ਏ, ਤੇਰੇ ਜੈਸਾ ਖੁਸ਼ ਨਸੀਬ ਕੋਈ ਨਹੀਂ। ਅਗਰ ਤੇਰੀ ਅੱਠਾਂ ਬੇਟੀਆਂ ਬੇਟੀਆਂ ਦੇ ਅੰਦਰੋਂ ਇੱਕ ਵੀ ਐਸਾ ਕੋਈ ਨਹੀਂ, ਤੇ ਤੂੰ ਆਪਣੀ ਔਲਾਦ ਵਾਸਤੇ ਕੁਝ ਨਹੀਂ ਕਰਕੇ ਚੱਲੇ, ਔਰ ਆਪਣੇ ਵਾਸਤੇ ਵੀ ਕੁਝ ਨਹੀਂ ਕਰਕੇ ਚੱਲਾ। ਜੇ ਇੱਕ ਵੀ ਬੇਟਾ ਤੇਰੇ ਮਰਨ ਤੋਂ ਬਾਅਦ ਤੇਰੀ ਕਬਰ ਤੇ ਜਾ ਕੇ ਦੁਆ ਹੀ ਨਾ ਕਰ ਸਕੇ, ਕੀ ਫਾਇਦਾ ਕੋਠੀਆਂ ਦਾ, ਕੀ ਫਾਇਦਾ ਬੰਗਲਿਆਂ ਦਾ, ਕੀ ਫਾਇਦਾ ਜਦਾਦਾਂ ਦਾ। ਮੈਂ ਮੁਬਾਰਕਬਾਦ ਪੇਸ਼ ਕਰਨਾ ਉਹਨਾਂ ਵਾਲਿਦੈਨ ਨੂੰ ਜਿਨ੍ਹਾਂ ਆਪਣੇ ਬੱਚਿਆਂ ਨੂੰ ਕੁਰਾਨ ਦੇ ਹਾਫਜ਼ ਬਣਾਇਆ, ਜਿਨ੍ਹਾਂ ਆਪਣੀਆਂ ਔਲਾਦਾਂ ਨੂੰ ਦੀਨ ਦੇ ਰਸਤੇ ਤੇ ਚਲਾਇਆ। ਔਰ ਮੈਂ ਐਡਾ ਲੰਬਾ ਸਬਰ ਕਰਕੇ ਆਇਆ, ਮੈਂ ਕੋ ਫਖਰ ਨਾਲ ਗੱਲ ਨਹੀਂ ਕਰ ਰਿਹਾ, ਲੇਕਿਨ ਬਾਤ ਆਈ ਹੈ ਮੈਂ ਕਰ ਦੇਣਾ ਚਾਹਨਾ। ਮੇਰੀ ਅੰਮੀ ਜਾਨ ਨੂੰ 11 ਸਾਲ ਹੋ ਗਏ ਫੌਤ ਹੋਇਆ, ਮੇਰੇ ਅੱਬੂ ਜਾਨ ਨੂੰ ਅੱਲਾ ਦੀ ਕਸਮੇ 12.5 ਸਾਲ ਹੋ ਗਏ ਫੌਤ ਹੋਇਆ। ਅੱਜ ਰੋਜ਼ਾਨਾ ਕੋਈ ਸਬਰ ਐਸਾ ਨਹੀਂ, ਜੇ ਸਬਰ ਦੇ ਅੰਦਰ ਮੈਂ ਆਪਣੇ ਅੰਮੀ ਜਾਨ ਆਪਣੇ ਅੱਬੂ ਜਾਨ ਵਾਸਤੇ ਮਗਫਰਤ ਦੀ ਦੁਆ ਨਹੀਂ ਕਰਦਾ, ਨਾਲੇ ਦੁਆ ਕਰਨਾ, ਨਾਲੇ ਆਪਣੀ ਕਿਸਮਤ ਤੇ ਨਾਜ਼ ਕਰਨਾ, ਆਪਣੇ ਮਾਪਿਆਂ ਨੂੰ ਰਾਤ ਦੀ ਤਨਹਾਈ ਦੇ ਅੰਦਰ ਸਲਾਮ ਪੇਸ਼ ਕਰਨਾ, ਅੱਬੂ ਜੀ
अम्मी जी कोई किसे नु दौलत दे के गया, कोई किसे नु कोठी दे के गया, कोई किसे नु बंगले दे के गया, उसी मैनू दे के गए हो ते रब दा कुरान दे के गए हो, मोहम्मद दी हदीस दे के गए हो। ये शहादत मंदी है, ये मुकद्दरा दी बात है। दुनिया तो चला जाने, मैं भी चला जाने, तुसा भी चला जाने, क्या ऐसी औलाद छड़ के चले आ जेड़े साढ़े जान तो बाद साढ़े वास्ते मगफरत दी दुआ कर सकन, बख्शिश दी दुआ कर सकन। तो जो करना हबीब इब्रिया जनाबे मुहम्मद सल्लल्लाहु अलैहि वसल्लम, अल्लाह दी कसम है मैं ते जदों वी ये हदीस पाक पढ़ना मेरे रोंगटे खड़े हो जांदे ने। कितनियां कितनियां फजीलतें इस हदीस दे अंदर। मेरे पैगंबर फरमांदे ने खुम आखलुल कुरानी आखलुल्ला, अज ए जनाब अपने सीनियां ते हदीस नकश करके लै जाओ, लिख के लै जाओ। कुरान वाले अल्लाह वाले टूटियां सफा ते बैठे बच्चियां तो नफरत ना करया करे, अल्लाह वाले बैठे होंदे फटे कपड़े वे के खकारती नजर नल वेखिया कर, ए अल्लाह वाले खुंदे ने। अल्लाह दी कसमे सर्दियां दे अंदर माड़ियां माड़ियां जर्सियां पुरानियां पुरानियां चादरां लेके मस्जिद दियां चटाइयां ते बह के कुरान पढ़ने वाले ए आम लोग नहीं बल्कि अल्लाह वाले ने। चौधरी दा बेटा घरों निकल दे ते पैरों दे थले पंजारो खुंदी है, सरदार दा बेटा घरों निकल दे ज्यादा तो ज्यादा हवाई जहाज ते सफर कर ले। अल्लाह की कसमे जो गरीब का बच्चा कुरान पढ़वास्ते घरों निकलता है, आसमान वाला रब कहंदे हो मेरे फरिश्तियो चले जो, मेरे कुरान का कारी घरों निकले एदे पैरां दे थले अपने पर विछा छड़ो। अल्लाहु अकबर इन्नल्लाह यरफउ बिगादल किताब अकवामा, ए कुरान जिदी वड़ा करके अल्लाह कौमां नूं इज्जत अता कर दे। मुसलमान कुरान दे नेड़े आओ, ए कुरान दे नाल आईयां बहारां। मुसलमान कुरान दे नेड़े आओ, ए कुरान दे नाल आईयां बागारां। कलामे खुदा नू जिन्ना सीने लाया, नबी नाल रल के ते मलियां मजारां। मैं कुरान दे घर सिपारे तो सदके नादल जिस ते गोया, ओ प्यारे तो सदके जे कुरान दे नल दिलों प्यार पावे, ए कुरान दे विच मुनाफे हजारां। अल्लाह की मुनाफा कुरान पाक दा। अल्लाह फरमांदे ने, अल्लाह ने फरमाया फरमाया या अय्युहल्लज़ीना आमनु ज़ुकुरुल्लाह ज़िक्रन कसीरा। और कुरान पाक दा मुनाफा अल्लाह फरमांदे ने यरफ़इल्लाहुल्लज़ीना आमनु मिनकुम वल्लज़ीना ऊतुल इल्म दरजात। फरमाया अल्लाह ताला लोगों नु इलम दे के बुलंद कर दिंदे, और सब तो बेहतरीन इलम कुरान दा इलम है। अल्लाह को अकबला आओ अपने बच्चियां नु कुरान दा इलम दे दियो, तलीम दे दियो। और एक गल करके चलना, साडे माशरे दे अंदर एक रूटीन बन गई है, कोई रिश्तेदार अपने बच्चे नु मदरसे दे अंदर दाखिल करा दे, रिश्तेदार कहंदे ने भूखा मर जाएगा मौलवी बन जाएगा, की लभेगा ना कोठी ना बंगला ना जदाद ना बैंक बैलेंस, भूखा मर जाएगा बच्चा मदरसे दे अंदर दाखिल करवा दिता। मैं कई ऐसे बच्चियां नु जानना कहंदे ने मौलाना साडे मापिया ने बड़े चावन सानू मदरसे दे अंदर दाखिल कराया, मेरी पुप्पी ने आके मेरे अबू नु मना कर दिता, मेरे चाचियां ताया ने मेरे अबू नु मना कर दिता, मेरे मामूआ ने मेरे अबू नु मना कर दिता, दीदी वड़ा करके मैं मदरसा नहीं पढ़ सकया। अज मैनू बड़ा अफसोस हुंदा है, लेकिन कायनात दे लोगो अल्लाह दी कसम होवे कुरान दा कारी ते किसे जगह ते महरूम रह जाए हो सकदा।
नहीं हो सकता। मैं दलील देना चाहना हो वे कुरान दा कारी ते किसे जगह ते परेशान रह जाए ऐ नहीं हो सकता है कुरान दी वजह करके ते अल्लाह ताला इज्जत ना अता कर दे। मेरे पैगंबर अली सलातु व सलाम दे वीर हजरत जाफर दियार पहले मेरे तो पहला बात समाप्त फरमा चुके हो ऐने करके दियारे खैर दे अंदर अल्लाह ईसाइयां दे मुल्क दे अंदर चले गए ना इधर मक्के दे काफर नबी पाक अली सलातु व सलाम दे दुश्मन ऐने करके नजाशी बादशाह दे दरबार दे अंदर पहुंचे इरादा की लेके गए ने असी मात अल्लाह मुहम्मद दे यारां नूं जलील कर देने। अल्लाह हू अकबर इन जनाब बुला लिया हजरत जाफर नूं अल्लाह हू अकबर नजाशी नूं कहण लगे ओ नजाशी आ जिहड़े गुलाम दौड़ करके आए ने साडे गुलाम वापस कर दे। हजरत जाफर कहंदे नजाशी ये गलत कहंदे पै ने असी इन्हां दे गुलाम नहीं असी ते मुहम्मद दे अरबी दे गुलाम आं सल्लल्लाहु अलैहि वसल्लम। तवज्जो करना मेरे पैगंबर अली सलातु व सलाम दे तरबियत याफ्ता कारी नजाशी बादशाह दे दरबार दे अंदर पहुंचे ओ मुसलमाना अज कारी अब्दुल सलाम अजीजी साहब कुरान पढ़न कहंदे ने यार कुरान पढ़दे ने ते अखीर कर छड़दे ने अल्लाह कोई कारी कुरान पढ़े तुसी सुभान अल्लाह कहंदे जे तारीफां करदे जे ओ तालिब इलम कुरान पढ़े कहंदा यार मैं सवाब ते सोना कुरान पढ़ना वा मैं कारी अब्दुल सलाम अजीजी साहब आप दा शगिरदा कोई कहंदा मैं कारी आया रसूल नगरी दा शगिरदा कोई कहंदा मैं कारी मुहम्मद रीस आसम साहब दा शगिरदा इस वास्ते मैं सोना कुरान पढ़ना मैं एक कारी दी गल सुनान लगा वा ओ जिन्ने कुरान भी पढ़े ते डायरेक्ट मुहम्मद पाक तो पढ़िए सल्लल्लाहु अलैहि वसल्लम ऐ नदियारे गैर दे अंदर बादशाह दे दरबार दे अंदर खड़े ने ते काफर कहंदे ने जाशी ऐ जिहड़े नौजवान खड़े ने ये ना गदर ते ईसा नूं मनदे ने ते ना गदर ते मरियम नूं मनदे ने इहनूं जाशी नूं बड़ा गुस्सा आया क्योंकि ईसाई सी। अल्लाह अकबर इन्हे बुला लिया गदर ते जाफर नूं सारे दुश्मन आसा लगा के खड़े ने अज कुरान दा कारी नजाशी दे दरबार दे अंदर जलील हो जाएगा। माद अल्लाह ओवे कुरान दा कारी जलील हो जाए इंज हो सकदा नहीं हो सकदा होवे सही कुरान नाल वफा करन वाला होवे सही कुरान पाक प्यार करन वाला। हजरत जाफर कहंदे ने जाशी किवें दियां गल्लां करने जेड़ा अकीदा रब दे कुरान दे ओह अकीदा साडा हजरत मरियम ते हजरत ईसा दे बारे। जाशी बड़े तजम नाल कह लगिया रब दा कुरान केड़ा है। हजरत जाफर कहंदे ने अल्लाह दा गुलाम साडे नबी पाक दे सीना पाक ते नादल होए। नजाशी कहन लगया मैनू भी ते कुरान पढ़ के सुना ना। हजरत जाफर ने कुरान पाक दियां तिलावतां शुरू कर लिया। इधर मेरे वल देखना मैं ते क्या करना वो खतीब कब मौके मुनासबत नाल गुफ्तगू ना करे वो कारी कहदे जिहड़ा मौके मुनासबत नाल कुरान ना पढ़े। हजरत जाफर ने कुरान शुरू कर दिता पढ़ते की ने बिस्मिल्लाह इर्रहमान इर्रहीम काफ हा या ऐन साद जिक्र रहमती रब्बी का बदहू ज़करिया इस नादा रब्बहू नबदा अल खफिया। कुरान पढ़ते जा रहे ने पढ़ते जा रहे ने पढ़दियां पढ़दियां पढ़ते ने वध कुर फिर किताबी मरियम वादकुर फिल किताबी मरियम इज़ता बदत मिन नखलिया मकानन शरकिया फत्ता कदत मिन दूनी खिम खिजाबा वारसल्ला इलेगा रूगना पतम सला लगा बशरन सविया कालत इन्नी अऊज़ु बिर्रहमानी मिन कैन कुंत तकिया काल इन्नमा अना रसूल रब्बिक बलकी गुलामन जकिया कालत अन्ना यकून ली गुलाम वलम यमससनी बशरम वलम नकु बगिया काल कदालिक काल रब्बुकी
قال كذلك قال ربك هو علي قين ولنجعله آية للناس ورحمة منا وكان أمرا مقضيا وحملته فانتبذت به مكانا قصيا وأجاء المخاض إلى جذع النخلة قالت يا ليتني مت قبل هذا وكنت نسيا منسيا قرآن پڑھتے جا رہے نے پڑھتے جا رہے نے پڑھدیاں پڑھدے نیتاں تے پہنچے نا یا اخت غارون یا اخت غارون ما کان ابو کے مرا سوئن وما كانت امك بغيا فاشارت اليه قالوا كيف نكلم من كان في المهد سبيا قال اني عبد الله اعطاني الكتاب وجعلني نبيا میں ترجمہ کر لگ جاوا بات لمبی ہو جائے حضرت جعفر دی زبان وچو قرآن سنیا نا تے ایدا اثر کی ہویا میں قرآن دے دروں اثر بیان کرنا چاہنا اللہ فرماتے نے وائزا سامیو ما انزل الی رسول ترا اعینہم تفیض من الدمع مما عرفوا من الحق یقولون ربنا آمنا فاکتبنا مع الشاهدين اللہ اکبر اللہ حضرت جعفر دی زبان وچوں قرآن سنیا عیسائیاں نے کنہاں نے بولو کنہ نے عیسائیاں نے میں تے قرآن مسلمان نہ تے پڑھنا ماں میری مسجد دا امام تے مسلمان نہ تے سامنے قرآن پڑھ دے میری مسجد دا خطیب تے مسلمان نہ تے سامنے قرآن پڑھ دے میری مسجد دا کاری تے مسلمان دا مسلمان نہ تے سامنے قرآن پڑھ دے آئے مسلمان قرآن سنے تے کن تو سن کے کڑ کے چلا جائے عیسائی قرآن سن دے پہنے قرآن کہندا وا ایزا سامیو ما انزل الی رسول ترا آئیون گم انہ قرآن سنیا تے اکھا واس رہی سن روندے پیسن کون روندے پیسن عیسائی روندے پیسن آئے قرآن پاک دا روزانہ فجر دے اندر سماعت کرنا تے اکھا دے وچوں سنا آنا مسلمان میں تینوں کی کہاں مغرب دے اندر قرآن سننا تے اکھا دے اندر سنا آنا میں تینوں کی کہاں عشاء دے اندر قرآن پڑھن سننا تے سنا نانا میں تینو کی کما عیسائی قرآن سن دے پہنے تے قرآن کم دے تو را آئیو نغم تفیزو من ابدامی مما عرفو من الحق یقولونا ربنا آمنا فاکتبنا ما شاہدین اللہ قرآن سنیا نالے روندے پہنے نالے کہندے نے سانو حق دی سمجھ آ گئی اللہ سانو بھی ایمان والیاں وچ شامل کر دے اللہ قرآن سن کے اللہ تعالیٰ نے ہدایت عطا کر دی تھی تے حضرت جعفر نوں نجاشی کہن لگیا جعفر جتھے تیرا دل کر دے حبشے دے اندر جا کے رہ لے جڑا عقیدہ تیرا ہے اوہ عقیدہ میرا قرآن دے کاری نوں عزت ملی کہ نہیں کتھے ملی بادشاہ دے دربار کتھے ملی بادشاہ دے دربار دے اندر میں تھے کہ درخواست کراں گا قرآن دے کاریاں دے اگے کسے دے سامنے چوڑی پھیلان دی ضرورت کوئی نہیں ہاتھ پھیلان دی لوڑ کوئی نہیں ضرورت ہوئے تے رب دے اگے ہاتھ پھیلایا دنیا دار کی دے سکدا ہے 5-7-10 ہزار دے دے گا تے بعد وچ نال ہی تانا دے دے گا ایک واری دے گا تے دساں نوں دسے گا اودے کولوں منگ جڑا دے کے دسدا وی نہیں اودے سامنے ہاتھ پھلایا کر جڑا دے کے تانا نہیں دیندا خوددار بن جا کاری قرآن ہوئے اور ہاتھ پھلائے اللہ دی قسم گل جٹ دی نہیں رب نے تے تینوں مقام بڑا دتے عزت بڑی دتی ہے آخری گل سناواں تے بات ختم کراں حبیب کبریا جناب محمد صلی اللہ علیہ وسلم لگدا تھک گئے ہو محبت نال درود پاک پڑھو جناب محمد
मुहम्मद दियां की तरीफां सुनावा। नहीं बोले हले भी नहीं बोले। मुहम्मद दियां की तरीफां सुनावा, मैं आका दियां की तरीफां सुनावा, मैं अरबी दियां की तरीफां सुनावा, मैं मदनी दियां की तरीफां सुनावा, मुहम्मद दियां की तरीफां सुनावा, उदी काली कमली तो कुर्बान जावा, ओदी काली कमली तो कुर्बान जामा, ओदी काली कमली तो कुर्बान जामा। बड़ा जुल्म मक्के दे जालम कमांदे रगे रावां दे विच ओ कंडे विछांदे, उन्हां लई भी सोने ने मंगियां दुआवां, ਉਹਨਾਂ ਲਈ ਵੀ ਆਕਾ ਨੇ ਮੰਗੀਆਂ ਦੁਆਵਾਂ, ਉਹਨਾਂ ਲਈ ਵੀ ਅਰਬੀ ਨੇ ਮੰਗੀਆਂ ਦੁਆਵਾਂ। ਮੈਂ ਸੋਹਣੇ ਦੀਆਂ ਕੀ ਤਰੀਫਾਂ ਸੁਣਾਵਾਂ, ਜੇ ਹੁਣ ਵੀ ਨਾ ਬੋਲਿਆ ਤੇ ਮਰਜ਼ੀ ਤੇਰੀ, ਮੁਹੰਮਦ ਦੇ ਰੋਜ਼ੇ ਤੇ ਰਹਿਮਤ ਬਰਸਦੀ ਤੇ ਦੀਦਾਰ ਉਸਦੇ ਨੂੰ ਦੁਨੀਆ ਤਰਸਦੀ, ਉਹਦੇ ਪੈਰਾਂ ਦੀ ਖਾਕ ਸੁਰਮਾ ਬਣਾਵਾ, ਉਹਦੇ ਪੈਰਾਂ ਦੀ ਖਾਕ ਸੁਰਮਾ ਬਣਾਵਾਂ। ਮੈਂ ਅਰਬੀ ਦੀਆਂ ਕੀ ਤਰੀਫਾਂ ਸੁਣਾਵਾਂ। ਅੱਲਾਹ ਤਾਲਾ ਨੇ ਨਬੀ ਪਾਕ ਨੇ ਸਲਾਤੁ ਸਲਾਮ ਦੇ ਸੀਨੇ ਪਾਕ ਤੇ ਕੁਰਾਨੇ ਪਾਕ ਨਾਦਨ ਫਰਮਾਇਆ, ਮੈਂ ਕੁਰਾਨੇ ਪਾਕ ਨਾਲ ਜੁੜਨ ਵਾਲਿਆਂ ਦਾ ਮੁਕਾਮ ਦੱਸ ਚੁੱਕਿਆ, ਜਿਨ੍ਹਾਂ ਕੁਰਾਨ ਛੱਡਿਆ ਉਹਨਾਂ ਦਾ ਕੀ ਆਲਮ ਹੋਏਗਾ, ਉਹਨਾਂ ਦੀ ਕੀ ਜ਼ਿਲਤ ਤੇ ਅੰਜਾਮ ਹੋਏਗਾ। ਅੱਲਾਹ ਫਰਮਾਉਂਦੇ ਨੇ ਵਾਮਾ ਨਾ ਆਰਾਜ਼ਾ ਅਨ ਸਿਕਰੀ ਅੱਲਾ ਫਰਮਾਉਂਦੇ ਨੇ ਜਿੰਨਾ ਸਾਡੇ ਕੁਰਾਨ ਤੋਂ ਮੂੰਹ ਫੇਰ ਲਿਆ, ਜਿੰਨਾ ਕੁਰਾਨ ਨਹੀਂ ਖੋਲਿਆ, ਜਿੰਨਾ ਕੁਰਾਨ ਪਾਕ ਦੀਆਂ ਤਿਲਾਵਤਾਂ ਨਹੀਂ ਕੀਤੀਆਂ, ਉਹ ਫੇਸਬੁੱਕ ਖੋਲਣ ਵਾਲਿਓ ਕੁਰਾਨ ਖੋਲਿਆ ਕਰੋ, ਵਟਸਐਪ ਖੋਲਣ ਵਾਲਿਓ ਕੁਰਾਨ ਖੋਲਿਆ ਕਰੋ, ਯੂਟਿਊਬ ਖੋਲਣ ਵਾਲਿਓ ਕੁਰਾਨ ਖੋਲਿਆ ਕਰੋ। ਇਸ ਦਿਨ ਤੋਂ ਪਹਿਲੇ ਕਿ ਕਾਇਨਾਤ ਦਾ ਰੱਬ ਕਹੇ ਉਹ ਮਨ ਆ ਰਜ਼ਨ ਜ਼ਿਕਰੀ ਇੰਨਾ ਲਹੂ ਮਈ ਸਦਨ ਸਨਕਾ, ਜਿੰਨੇ ਸਾਡੇ ਕੁਰਾਨ ਤੋਂ ਮੂੰਹ ਫੇਰਿਆ ਅਸਾਂ ਉਹਦਾ ਦੁਨੀਆ ਤੇ ਰਹਿਣਾ ਤੰਗ ਕਰ ਦਿੰਦੇ ਹਾਂ। ਉਹ ਲੱਖਾਂ ਕਮਾਉਣ ਵਾਲਾ, ਕਰੋੜਾਂ ਕਮਾਉਣ ਵਾਲਾ, ਉਹ ਜਨਾਬ ਬੜੇ ਬੜੇ ਬੈਂਕਾਂ ਦਾ ਮਾਲਕ, ਲੇਕਿਨ ਪੂਰੀ ਪੈਂਦੀ ਨਹੀਂ ਪੈਂਦੀ, ਕੋਠੀਆਂ ਦੇ ਅੰਦਰ ਰਹਿ ਕੇ ਵੀ ਰੋਂਦਾ ਪਏ, ਬੰਗਲਿਆਂ ਦੇ ਅੰਦਰ ਵੀ ਲੈ ਰਹਿ ਕੇ ਰੋਂਦਾ ਪਿਆ, ਮਖੱਲਾਤ ਦੇ ਅੰਦਰ ਰਹਿ ਕੇ ਵੀ ਰੋਂਦਾ ਪਏ, 2.5-3 ਲੱਖ ਰੁਪਈਆ ਤਨਖਾਹ ਲੈ ਕੇ ਵੀ ਰੋਂਦਾ ਪਏ। ਵੱਡਾ ਕੀ ਇਹਨੇ ਪੁਰਾਣੇ ਪਾਕ ਨਾਲ ਪਿਆਰ ਨਹੀਂ ਪਾਇਆ? ਇੱਕ ਪਾਸੇ 2.5 ਲੱਖ ਲੈਣ ਵਾਲਾ ਰੋਂਦਾ ਪਏ, ਇੱਕ ਪਾਸੇ ਮਹੀਨੇ ਦਾ 30,000 ਲੈ ਕੇ। ਅੱਲਾ ਦੀ ਕਸਮੇ ਖਸ਼ਾਸ ਬਸ਼ਾਸ ਏ, ਵੱਡਾ ਕੀ ਏ ਉਹਨੇ ਕੁਰਾਨ ਸੀਨੇ ਲਾਇਆ, ਆਸਮਾਨ ਵਾਲਾ ਰੱਬ ਕਹਿੰਦੇ ਪੁਰਾਣੇ ਪਾਕ ਨਾਲ ਪਿਆਰ ਕਰਨ ਵਾਲਾ ਤੇ ਮੈਂ ਕਿਵੇਂ ਜ਼ਲੀਲ ਕਰ ਦੇਵਾਂ, ਦੂਸਰੇ ਪਾਸੇ ਕੁਰਾਨੇ ਪਾਕ ਨੂੰ ਕੰਡ ਕਰਨ ਵਾਲਾ। ਅੱਲਾ ਫਰਮਾਉਂਦੇ ਨੇ ਭਾਵੇਂ 2.5 ਲੱਖ ਲੈ ਰਹੇ, ਮੈਂ ਇਹਦੇ ਅੰਦਰੋਂ ਬਰਕਤ ਖਤਮ ਕਰ ਦੇਵਾਂਗਾ, ਇਹ ਤੇ ਦੁਨੀਆ ਦਾ ਅੰਜਾਮ ਹੈ, ਕੁਰਾਨੇ ਪਾਕ ਨੂੰ ਕੰਡ ਕਰਨ ਵਾਲਾ। ਨਬੀ ਅੱਲਾ ਫਰਮਾਉਂਦੇ ਨੇ ਵਨਾ ਖਸ਼ੂਰੂ ਗੁ ਯੌਮਲ ਕਿਆਮਤ ਯਾਮਾ, ਇਹ ਕੁਰਾਨੇ ਪਾਕ ਤੋਂ ਮੂੰਹ ਫੇਰਨ ਵਾਲਾ ਕੱਲ ਕਿਆਮਤ ਦਾ ਦਿਨ ਹੋਏਗਾ। ਅੱਲਾ ਇਸ ਬਦਬਖਤ ਨੂੰ ਅੰਧਿਆਂ ਕਰਕੇ ਉਠਾਏਗਾ, ਇਹ ਜਦੋਂ ਅੰਧਾ ਹੋ ਜਾਏਗਾ ਕਵੇਗਾ ਅੱਲਾ ਸੋਹਣਿਆ ਦੁਨੀਆ ਤੇ ਮੈਨੂੰ ਚੰਗਾ ਭਲਾ ਨਜ਼ਰ ਆਉਂਦਾ ਸੀ, ਸਭ ਕੁਝ ਵੇਂਦਾ ਸੀ, ਆਸਮਾਨ ਵਾਲਾ ਰੱਬ ਕਹੇਗਾ ਬਦਬਖਤਾ ਤੈਨੂੰ ਦੁਨੀਆ ਤੇ ਫਿਲਮਾਂ ਨਜ਼ਰ ਆਉਂਦੀਆਂ ਸਨ, ਮੇਰਾ ਕੁਰਾਨ ਨਜ਼ਰ ਨਹੀਂ ਸੀ ਆਉਂਦਾ, ਤੈਨੂੰ ਦੁਨੀਆ ਤੇ ਡਰਾਮੇ ਨਜ਼ਰ ਆਉਂਦੇ ਸਨ, ਮੇਰਾ ਕੁਰਾਨ ਨਜ਼ਰ ਨਹੀਂ ਸੀ ਆਉਂਦਾ, ਤੈਨੂੰ ਦੁਨੀਆ ਤੇ ਮੁਸੀਕੀ ਤੇ ਮੁਜਰਾ ਨਜ਼ਰ ਆਉਂਦਾ ਸੀ, ਮੇਰਾ ਕੁਰਾਨ ਨਜ਼ਰ ਨਹੀਂ ਸੀ ਆਉਂਦਾ, ਤੈਨੂੰ ਦੁਨੀਆ ਤੇ ਬੇਖਯਾਈ ਨਜ਼ਰ ਆਉਂਦੀ ਸੀ, ਮੇਰਾ ਕੁਰਾਨ ਨਜ਼ਰ ਨਹੀਂ ਸੀ ਆਉਂਦਾ, ਸਭ ਕੁਝ ਵੇਂਦਾ ਸੀ
پر کدی قرآن نہیں سی ویکھیا کالا کدالکا اتت کا یا تنا فنسیتا گا وکدالک الیوم تنسا اللہ فرماتے نے دنیا تے تو ساڈے قرآن نو بلا دیتا جا اج تینو اسی بلا کر کے جہنم دا بالن بنا چھڑیے اللہ کو اکبر اللہ آؤ قرآن پاک نال پیار پالو میں درخواست کرنا چاہنا آخر تے اپنے دوستاں دے اگے اپنے بھائیاں دے اگے اپنی ماما بھنا دے اگے نہ ناول پڑھیا کرو نہ ڈائجسٹ پڑھیا کرو رب دا قرآن پڑھیا کرو دنیا دیاں محفل عارضی نے دنیا دیاں مجلس عارضی نے او نہ سمجھی تو دنیا ہمیشہ دا میلہ اے زندگی تے جنت کماون دا ویلہ اے انمول ویلہ اے انمول ویلا ہتھوں نہ لگا پیچھے کمیں نہیں آنی تیری علت جا آخون رب تے در تے تو سر جھکا پیچھے کمیں نہیں آنی تیری علت جا اے بنگلے زمینہ تے گڑیاں نہ خوسن اے بنگلے زمینہ تے گڑیاں نہ ہو سن تے جے باں کفن نو وی لگیاں نہ ہو سن اے بنگلے زمیناں تے گڈیاں نہ ہو سن تے جے باں کفن نو وی لگیاں نہ ہو سن تیرے بینک بیلنس نہیں کرنی وفا پیچھے کمیں نہیں آنی تیری التجا قال اللہ تعالی یا ایھا الذین آمنوا اذکروا اللہ ذکرا کثیرا اللہ فرماندے نے مینوں یاد کرو کثرت دے نال سبحان اللہ پڑھ کے الحمدللہ پڑھ کے اللہ اکبر پڑھ کے لا الہ الا اللہ پڑھ کے نماز پڑھ کے قرآن پڑھ کے رب نو یاد رکھو اج دنیا تے اسی رب نو یاد رکھاں گے جدوں قیامت والے دن سورج قریب آ جائے گا زمین تپ جائے گی پھر رب سانو یاد رکھے گا اپنے عرش دا سایہ نصیب کرے گا اللہ تعالی سانو قرآن پاک دی وفا نصیب فرمائے بھائی محمد بلال عرشہ صاحب دا حکم ہے انشاءاللہ پورا کر کے ساڑے بزرگ بھی فرما رہے ہیں انہاں دا بھی حکم پورا کر کے تھکے نہیں بیٹھے میں تھک گیا لا شیری شیر بنا دیم دی کنڈ تے تھاپی نار دلیر بنا دیم دی وکھرے جگتوں لاد محبت وکھریے دنیا تیرے لے باپ دی شفقت وکھریے جگ تے سانی کیڑا باپ دی الفت دا نبی پاک فرمایا باپ گبوغا جنت دا رتب رب ودائے عزت وکھریے رتب رب ودائے عزت وکھریے دنیا پہ لے باپ دی شفقت وکھریے راگ گھمان دے ساجد کتوں علاپ دینے سیرت جنان دے سائے سلامت باپ دینے اینا کو لے جگ دی دولت وکھریے دنیا تیرے لے باپ دی شفقت وکھریے باپ لور گے پیار دلا سے لب دے نہیں اور جان جد باپ تے مڑ کے لب دے نہیں باپ لور گے پیار دلا سے لب دے نہیں تر جان جد باپ تے مڑ کے لب دے نہیں باپ
مرے تے سارے غسل ٹھہ جاندے تیا پتر وچ مصیبتاں پہ جاندے ویر ویران دے در دی گوندے تے ویر ویران دیا باواں پاپ سران دے تا جو ویرا تے ماواں ٹھنڈیاں چھاواں پاپ مرے سر ننگا ہووے تے ویر مرن کنڈ خالی ماواں باجی محمد بخشا تے کون کرے رکھوالی تے کپڑا پٹے لائیے ترو پا تے دل پٹے کس سینا باجی محمد بخشا تے کی مرنا کی جینا تے شام پئی ہمی انڈی گرویلا شام پئی ہمی انڈی گرویلا تے پنچی گھرانوں آئے او نہیں آندے پھر محمد جنان الموت لے جائے پاپ مرے تے سارے غسل ٹہ جاندے باپ مرے تے سارے غسل ٹھہ جاندے تیا پتر وچ مصیبتاں پہ جاندے لوک پرائے کدی وی نیڑے لگدے نہیں ٹر جان جد باپ تے مڑ کے لب دے نی رب رحم ہما کما ربا یعنی صغیرہ اللہ میرے سمیت جنہ دے والدین اس دنیا تو چلے گئے کروٹ کروٹ جنت الفردوس اندر اللہ مقام عطا فرمائے اور بھائی بلال ارشد صاحب انہاں دے والد محترم حاجی محمد ارشد صاحب انہاں واسطے خصوصی دعا کرو اللہ انہاں دی قبر تے کرونا رحمتاں دا نزول فرمائے انہاں نوں انہاں واسطے صدقہ جاریہ بنائے میں طالب علم نے جو سبق سنایا میرے تو پہلا علماء کرام نے خطابات فرمائے اللہ سب دا آنا بیان کرنا تسا احباب دا سماعت کرنا اپنی بارگاہ دے اندر قبول منظور فرمائے سبحانک اللہ و بحمدک اشہد ان لا الہ الا انت استغفرک و اتوب الیک